ਜਨਾਬ ਸੁਣਦੇ ਪਏ YouTube ਚੈਨਲ ਨੰਬਰਦਾਰ ਭੋਲਾ ਤੇ ਜਨਾਬ ਅਸਾਂ ਅੱਜ ਕਿਲੇ ਦੇ ਸ਼ੂਟ ਕਰਨ ਵਾਸਤੇ ਅੱਜ ਤੋਂ ਕਿਲੇ ਦੀ ਸੈਲ ਕਰਵਾਉਣੇ ਆ ਅੱਜ 14 ਅਗਸਤ ਤੇ ਔਰ ਵਕ ਅਸਾਂ ਮੈਂ ਦੇ ਮਜ਼ੀਦ ਹਾਲੀ ਬਹੁਤ ਚੀਜ਼ਾਂ ਦਿਖਾਉਣੇ ਆ ਠੀਕ ਹੈ ਜਨਾਬ ਬੋਡ ਹੋ ਗਿਆ ਅਸਾਂ ਘਰੋਂ ਨਿਕਲਦੇ ਪਏ ਆ ਠੀਕ ਹੈ ਸਾਡੀ ਤਿਆਰੀ ਠੀਕ ਹੈ ਕਜ਼ਨ ਵਗੈਰਾ ਸਾਰੇ ਰੈਡੀ ਹੋ ਚੁੱਕੇ ਨੇ ਤੇ ਹੁਣ ਅਸਾਂ ਵੈਦੇ ਪਏ ਠੀਕ ਹੈ ਜਨਾਬ ਮੈਟਰੋ ਦੇ ਬਾਹਰ ਹੈ ਮੈਟਰੋ ਦੇ ਬਾਹਰ ਬਾਅਦ ਬਾਅਦ ਤੋਂ ਕੋਸ ਦਿਖਾਉਣੇ ਆ ਅੱਲਾ ਅਸਾਂ ਹੀ ਟਾਈਮ ਪਹੁੰਚ ਗਏ ਆ ਮੈਟਰੋ ਦੇ ਉੱਤੇ ਤੇ ਅਸਾਂ ਵੈਦੇ ਪਏ ਤੇ ਮੈਟਰੋ ਦੇ मेरे भाई मेरे दोस्त मेरा सुन भाई मेट्रो जनाब हम असा आए बैठे हैं मेट्रो के अंदर सफर कर रहे हैं एक कदम ना सुनते तमाम सफर के बीच अस बैठे हैं मेट्रो के अंदर बैठे हैं ਕਈ ਚੀਜ਼ਾਂ ਖਾਣੀਆਂ ਵੀ ਹਨ ਅਤੇ ਉਹਦੇ ਬਾਅਦ ਸਫ਼ਰ ਕਾਫੀ ਕੀਤੇ ਮਾਸ਼ਾਅੱਲਾ ਬੜਾ ਜ਼ਬਰਦਸਤ ਵਰਨਾ ਯਾਰ ਅੱਜ ਮਜ਼ਾ ਪੂਰਾ ਦੇਖਣ ਦਰਾ 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 ਇਤਨੀ ਇਤਨੀ ਲੰਬੀ ਲੰਬੀ ਕੋ ਆਵਾਜ਼ ਆਇਨ ਦੀਨ ਪੈਣ ਜਨਾਬ ਰਸ਼ ਬਹੁਤ ਜ਼ਿਆਦਾ ਹੈ ਕਈ ਟਾਈਮ ਅਸਾਂ ਰਸ਼ ਦੇ ਵਿੱਚ ਗੁਜ਼ਰਦੇ ਪਏ ਰਸ਼ ਬਹੁਤ ਜ਼ਿਆਦਾ ਹੈ ਔਰ ਕੋਈ ਸਮਾਂ ਨਹੀਂ ਦਿਖਿਆ ਨਹੀਂ ਰਸ਼ ਕਿਸ ਤਰ੍ਹਾਂ ਦਾ ਹੈ ਬਹੁਤ ਰਸ਼ ਜ਼ਿਆਦਾ ਹੈ ਜਨਾਬ ਆ ਚੁੱਕੇ ਹਾਂ ਕਈ ਟਾਈਮ ਕਿਲੇ ਦੀ ਹਦੂਦ ਦੇ ਅੰਦਰ ਔਰ ਅਸਾਂ ਦਰਬਾਰ ਦੀ ਸਾਈਡ 'ਤੇ ਦਰਬਾਰ ਦੀ ਸਾਈਡ 'ਤੇ ਕਿਸ ਤਰ੍ਹਾਂ ਕਿਸ ਤਰ੍ਹਾਂ ਰਸ਼ ਉਹਨੂੰ ਬਾਅਦ ਰਸ਼ ਕਰਨ ਦੇ ਕਿਤਨਾ ਜ਼ਿਆਦਾ ਰਸ਼ ਅੱਗਾ ਮਜ਼ੀਦ ਬੈਠੋ ਉਹਦੇ ਬਾਅਦ ਅੱਗਾ ਰਸ਼ ਹੁੰਦਾ ਹੈ ਅੱਗਾ ਕਿਤਨਾ ਰਸ਼ ਰਸ਼ ਤੋਂ ਘੁਮਾਇੰਦ ਲਿਖੇ ਨੇ ਸਾਰਾ ਕਿਲੇ ਦੇ ਅੰਦਰ ਕਿਆ ਚੀਨੇ ਕਿਆ ਨਹੀਂ ਚੀਨਾ ਵਾਲੇ ਰਸ਼ ਤੋਂ ਬਾਅਦ ਮਜ਼ਬੂਤ ਬੰਦੇ ਬੈਠੇ ਨੇ ਇੱਥੇ ਠੀਕ ਹੈ ਜਨਾਬ ਜਿਹੜੇ ਇਹ ਭਾਈ ਕੋਲ ਬੈਠਾ ਜੀ ਇੱਕ ਮੈਂ ਨਿਤਨ ਪੈਸੇ ਠੀਕ ਹੈ ਅਤੇ ਲਿਖਿਆ ਹੈ ਕਹਿਣ ਕੈਮਰਾ ਦੇ ਦਿਖਾ ਦੇਣੀ ਦੇਵਣਾ ਚਾਹੀਦੀ ਹੁਣ ਹੱਥ ਹੀ ਨਹੀਂ ਇਵੇਂ ਦੇਵਣਾ ਚਾਹੀਦਾ ਇਹ ਸਭ ਦਾ ਇੰਤਜ਼ਾਰ ਕਰ ਇਹ ਜਗ੍ਹਾ ਨੂੰ ਉੱਤੇ ਆ ਗਏ ਅਸਾਂ ਇਹਦੇ ਪੈਰ ਇਹ ਦਰਬਾਰ ਹੈ ਇਹਦੇ ਪੈਰ ਇਹ ਦਰਬਾਰ ਦੀ ਸਾਰੀ ਇਹਦਾ ਕੰਮ ਜਾਰੀ ਥੀਂਦਾ ਪਿਆ ਕੰਮ ਜਾਰੀ ਹੋ ਰਿਹਾ ਇੱਥੇ ਹਾਲੀ ਕੰਮ ਜਾਰੀ ਥੀਂਦਾ ਪਿਆ ਅਤੇ ਗਰਮੀ ਵੀ ਹੈ
ਗਰਮੀ ਦੇ ਹਵਾ ਨਾਲ ਬਾਹਰ ਕਰੇ ਦੇਖੋ ਅੰਦਰ ਗਏ ਨੇ ਅੰਦਰ ਦਾ ਮੌਲੀ ਤੋਂ ਚੈੱਕ ਕਰ ਰਹੇ ਨੇ ਤੇ ਰਸ਼ ਹੀ ਰਹਿ ਬਹੁਤ ਜ਼ਿਆਦਾ ਹੈ ਰਸ਼ ਵਾਲੇ ਪਾਸੇ ਦੱਸ ਤੋਂ ਦੱਸ ਨਹੀਂ ਸਕਦੇ ਮਜ਼ੇਦਾਰ ਚੀਜ਼ ਵੀ ਕਹਿੰਦੇ ਆ ਤੁਹਾਨੂੰ ਕਿ ਪਤਾ ਨਹੀਂ ਕਿਆ ਚੀਜ਼ ਹੈ ਅਸਲ ਪਹਿਲੀ ਦਫਾ ਦੇ ਦਿੱਤਾ ਤੁਹਾਨੂੰ ਦੇਖੇ ਨੇ ਕਿਆ ਰਸ਼ ਦੇ ਪੈ ਸੇ ਹੀ ਅਸਾਂ ਆ ਗਏ ਆ ਹੀ ਟਾਈਮ ਦਰਬਾਰ ਸਾਹਿਬ ਦੇ ਰਸ਼ ਲੇਕਿਨ ਬਹੁਤ ਜ਼ਿਆਦਾ ਹੈ ਟ੍ਰੈਫਿਕ ਬਹੁਤ ਜ਼ਿਆਦਾ ਖੜੀ ਹੈ ਇੱਥੇ ਟ੍ਰੈਫਿਕ ਫਸੀ ਹੋਈ ਹੈ ਹੀ ਟਾਈਮ ਮਹਾਨ ਸਾਹਿਬ ਫਸੀ ਹੋਈ ਤੇ ਜਨਾਬ ਇਹ ਮਾਹੌਲ ਦੇ ਰਹੇ ਬਹੁਤ ਜ਼ਿਆਦਾ ਉਸ ਤੋਂ ਬਾਅਦ ਜਨਾਬ ਸ਼ਾਮ ਦਾ ਟਾਈਮ ਹੈ ਅਸਾਂ ਹੁਣ ਇੱਥੋਂ ਠੀਕ ਦੇ ਦਰਬਾਰ ਵਾਲੀ ਸਾਈਡ ਤੋਂ ਆਪਣਾ ਸਾਨੂੰ ਦੁਪਹਿਰ ਅਤੇ ਗੁਬਾਰੇ ਵਿੱਚ ਤਕਰੀਬਨ ਕਈ ਚੀਜ਼ਾਂ ਦਾ ਰਸਤਾ ਆਗਾਜ਼ ਸ਼ੁਰੂ ਹੋਇਆ ਰਸ ਤੋਂ ਬਾਅਦ ਗੁਬਾਰੇ ਚੈੱਕ ਕਰ ਲਈ ਗੁਬਾਰੇ ਦੇ ਵਿੱਚ ਕਿ ਚੀਜ਼ਾਂ ਕੋਈ ਕਿਸਮ ਜਹਾਜ਼ ਉੱਤੇ ਚੜ੍ਹੋ ਤਾਂ ਸਿੱਧਾ ਦੁਬਈ ਵਜੋਂ ਉਹ ਜਹਾਜ਼ ਹੈ ਚੜ੍ਹੋ ਸਿੱਧਾ ਦੁਬਈ ਉੱਤੇ ਸਚਿਨ ਦੇ ਪੈਰ ਬਾਹਰ ਅੰਡਰ ਕਰਨੇ ਪੈਣ ਕਾਸਿਮ ਪਾਰਕ ਦੇ ਅੰਦਰ ਆ ਗਿਆ ਸਾਨੂੰ ਅਤੇ ਹੁਣ ਮੈਂ ਪੈਣ ਅੱਛਾ ਸਫ਼ਰ ਦਾ ਆਗਾਜ਼ ਸ਼ੁਰੂ ਹੋ ਸਾਡਾ ਸਾਡੀ ਟੀਮ ਨਾਲ ਵਧੀ ਹੁਣ ਵੀ ਅਤੇ ਸਫ਼ਰ ਕਾਫੀ ਕੀਤੇ ਜਨਾਬ ਉਹਨਾਂ ਦਾ ਤੋਂ ਭਾਅ ਜੀ ਇੱਕ ਜਹਾਜ਼ ਲਿਖੇ ਨੇ ਕਾਸਿਮ ਪਾਰਕ ਠੀਕ ਹੈ ਜਹਾਜ਼ ਲਿਖੇ ਨੇ ਉੱਤੇ ਚੜ੍ਹਦੇ ਸੈਰ ਕਰੋ ਸਫ਼ਰ ਮਾਰੋ ਸਿੱਧਾ ਦੁਬਈ ਦੁਰਬੇਲੀਆ ਠੀਕ ਹੈ ਜਨਾਬ ਅਤੇ ਇਹ ਹੈ ਕਿ ਸਾਜਿਦ ਸਾਹਿਬ ਬਦਨ ਸੁਹੇਲ ਸਾਹਿਬ ਇਰਫਾਨ ਸਾਹਿਬ ਦੇਖੋ ਜਨਾਬ ਰਸ਼ ਕਿਤਨਾ ਹੈ ਕਿਤਨਾ ਰਸ਼ ਜ਼ਿਆਦਾ ਹੈ ਟੂਟੀਆਂ ਅਤੇ ਬੜੀਆਂ ਬੜੀਆਂ ਚੀਜ਼ਾਂ ਹਨ ਜਨਾਬ ਰਸ਼ ਤੋਂ ਕੁੜੀ ਕਹਿੰਦੇ ਪਿਆ ਸੀ ਬਸ ਇਹ ਸ਼ਾਮ ਦਾ ਟਾਈਮ ਹੈ ਸਾਡੀ ਥੋੜ੍ਹੀ ਜਿਹੀ ਅੰਧਾਰਾ ਵੀ ਹੈ ਅੰਧਾਰੇ ਦੇ ਵਿੱਚ ਅਸੀਂ ਕੋਸ਼ਿਸ਼ ਕਰਨ ਦੀ ਦਿਖਾਉਣ ਦੀ ਪੁਦੀਨਾ ਪੁਦੀਨਾ ਛੋਟੇ ਛੋਟੇ ਬਾਲ ਕਰੇ ਬਾਲਾਂ ਨੂੰ ਤੋੜੀ ਕਹਿੰਦੇ ਇਹ ਦੇਖੇ ਨਾ ਬਾਲ ਕਰੇ ਇਤਨੇ ਬਾਲ ਕਰੇ ਬਾਲ ਹੀ ਬਹੁਤ ਠੀਕ ਕਰੇ ਜਹਾਜ਼ ਵਾਲੀ ਸਾਈਡ ਤੋਂ ਮੈਂ ਕਹਾਂ ਉਹ ਥੋੜ੍ਹੀ ਜਗ੍ਹਾ ਲਿਖੇ ਨਾ ਜੇ ਕੋਈ ਇੰਤਜ਼ਾਰ ਹੈ ਰਸ਼ ਦੇ ਦਿੱਤਾ ਜਨਾਬ ਸਾਰੀ ਟੀਮ ਖੜੀ ਹੈ ਆਪ ਸਾਰੇ ਕਜ਼ਨ ਵਗੈਰਾ ਸਾਰੇ ਆਪ ਹੀ ਖੜੇ ਵੀ ਆਪਣੇ ਲੱਕੂ ਕਹਿੰਦੇ ਕੈਮਰੇ ਵਗੈਰਾ ਮੈਨੂੰ ਸਫ਼ਰ ਲਿਖਿਆ ਅਤੇ ਮੈਂ ਲਿਖਾ ਭਾਈ ਵੀ ਦੇਖ ਪਾਕਿਸਤਾਨ ਬਣੇ ਰਹਿਤਾ ਮੇਰੇ ਲਿਖਣ ਸ਼ੂਟਿੰਗ ਪੀਣ ਆਪੋ ਕਹਿੰਦੇ ਪੈਣ ਕੋਈ ਹਾਰਨ ਲੈਣੇ ਪੈਣ ਕੋਈ ਕੁਛ ਕਰਨੇ ਪੈਣ ਅੱਜ ਤੁਸੀਂ ਜਹਾਜ਼ ਹੀ ਅਸਾਂ ਲਿਖੇ ਨੇ ਕਿਸ ਤਰ੍ਹਾਂ ਦਾ ਜਹਾਜ਼ ਇਹ ਚੈੱਕ ਕਰੋ ਜੀ ਇਹ ਜਗ੍ਹਾ ਤੋਂ ਜਹਾਜ਼ ਕਰੇ ਅਸਾਂ ਇੱਦਾਂ ਲੈ ਲਿਆ ਅਸਾਂ ਤੋਂ ਬੁਗਾਈ ਲਿਖੇ ਨੇ ਜਹਾਜ਼ ਕਿਵੇਂ ਇਹ ਜਨਾਬ ਅੱਲਾ ਹਾਫਿਜ਼ ਅੱਗਾ ਲਿਖੋ ਅੱਗੇ ਕਹਿੰਦੇ ਮੈਨੇ ਨਜ਼ੀਜ਼ ਠੀਕ ਹੈ ਅਲੀ ਤਾਂ ਬਹੁਤ ਦੇਰ ਹੈ ਠੀਕ ਹੈ